वोट डालने के लिए सबसे पहले कैम्ब क्रिएशन चैनल को सब्सक्राइब कीजिए, उसके बाद साथ लगे बेल आइकन को प्रेस कीजिए ताकि आपको सारी नोटिफिकेशन आ सके। फिर इस वीडियो को लाइक और कमेंट जरूर कीजिए, लेकिन एक से ज्यादा कमेंट ना कीजिए नहीं तो आपकी वोट कैंसिल हो जाएगी। बाकी कंटेस्टेंट्स की वीडियो को डिसलाइक कीजिए ताकि उनकी हाफ वोट कट जाए। एक से ज्यादा कमेंट करेंगे तो आपकी वोट काउंट नहीं होगी, फेक वोटिंग होने पे कंटेस्टेंट को डिस्क्वालीफाई कर दिया जाएगा। ਸਸਿਕਾ ਸਾਰਿਆਂ ਨੂੰ, ਮੇਰਾ ਨਾਮ ਗੌਰਵ ਆ, ਮੈਂ ਜਲੰਧਰ ਸ਼ਹਿਰ ਤੋਂ ਬਿਲੋਂਗ ਕਰਦਾ ਹਾਂ। ਉਸ ਤੋਂ ਇਲਾਵਾ ਜੇ ਮੇਰੀ ਹੋਬੀਜ਼ ਦੀ ਗੱਲ ਕੀਤੀ ਜਾਵੇ, ਮੈਨੂੰ ਮਾਡਲਿੰਗ ਦਾ ਬਹੁਤ ਸ਼ੌਂਕ ਆ, ਮੈਨੂੰ ਐਕਟਿੰਗ ਦਾ ਬਹੁਤ ਸ਼ੌਂਕ ਆ, ਮੈਨੂੰ ਸਿੰਗਿੰਗ ਦਾ ਬਹੁਤ ਸ਼ੌਂਕ ਆ। ਤੁਸੀਂ ਇੱਥੋਂ ਹਿਸਾਬ ਲਾ ਲਓ ਕਿ 4-5 ਸਾਲ ਹੋ ਗਏ ਆ ਮੈਨੂੰ, ਜਦੋਂ ਮੈਂ 20 ਕਿਆ ਹੁੰਦਾ ਸੀਗਾ। ਦੈਨ ਮੇਰੀ ਸਿਸਟਰ ਕਹਿੰਦੀ ਹੁੰਦੀ ਤੂੰ ਸੇਲਸ ਵੁੱਮਨ ਬਣਾ ਤੂੰ, ਅਗਰ ਤੂੰ ਮਾਡਲਿੰਗ ਵਗੈਰਾ ਕਰਨਾ ਚਾਹੁੰਦਾ ਆ, ਤੇਰੀ ਬੋਡੀ ਇੰਨੀ ਕੀ ਆ ਅਤੇ ਤੈਨੂੰ ਮਾਡਲਿੰਗ ਦਾ ਸ਼ੌਂਕ ਪਿਆ, ਐਕਟਿੰਗ ਦਾ ਸ਼ੌਂਕ ਪਿਆ। ਦੈਨ ਮੈਨੂੰ ਕਹਿੰਦੇ, ਮੈਂ ਸੋਚਿਆ ਕਿ ਯਾਰ ਤੂੰ ਲਾਈਨ ਤਾਂ ਚੁਣੀ ਹੋਈ ਆ ਪਰ ਤੇਰੀ ਬੋਡੀ ਹੈ ਨਹੀਂ ਕਿ, ਫਿਰ ਫਾਇਦਾ ਕੀ ਹੈ ਤੇਰੀ ਮਾਡਲਿੰਗ ਦਾ। ਫਿਰ ਮੈਂ ਜਿੰਮ ਜੁਆਇਨ ਕੀਤਾ, ਜਿੰਮ ਜੁਆਇਨ ਕਰਨ ਤੋਂ ਬਾਅਦ ਮੈਂ ਉੱਥੇ ਜਿਹੜੇ ਕੋਚ ਹੁੰਦੇ ਸੀ, ਮੈਂ ਅੱਧਾ ਅੱਧਾ ਘੰਟਾ ਉਹਨਾਂ ਦਾ ਬੈਠਾ ਰਹਿੰਦਾ ਸੀਗਾ। ਫਿਰ ਮੈਂ ਉਹਨਾਂ ਤੋਂ ਪੁੱਛਿਆ ਕਿ ਸਰ ਮੈਂ ਆਪਣੀ ਡਾਇਟ ਨੂੰ ਚੇਂਜ ਕਰਨਾ, ਆਪਣੀ ਬੋਡੀ ਨੂੰ ਗੇਨ ਕਰਨਾ ਚਾਹੁੰਦਾ, ਬੋਡੀ ਮਸਕੁਲਰ ਬਣਾਉਣਾ ਚਾਹੁੰਦਾ, ਕਿਉਂਕਿ ਅੱਜ ਕੱਲ੍ਹ ਮਸਕੁਲਰ ਦਾ ਹੀ ਰਿਵਾਜ਼ ਆ। ਅਗਰ ਤੁਸੀਂ ਮਾਡਲਿੰਗ ਲਾਈਨ 'ਚ ਜਾਣਾ ਚਾਹੁੰਦੇ ਹੋ ਤਾਂ ਮਸਕੁਲਰ ਹੋਣਾ ਬਹੁਤ ਜ਼ਰੂਰੀ ਹੈ ਉਸ ਲਈ। ਤਾਂ ਮੈਂ ਅੱਜ ਕੱਲ੍ਹ ਨਹੀਂ, ਮੈਂ ਉੱਧਰ ਵੈਸੇ ਕਿੰਨੇ ਸਾਲਾਂ ਤੋਂ ਰਿਤਿਕ ਨੂੰ ਮਤਲਬ ਫੋਲੋ ਕਰਦਾ ਆ ਰਿਹਾ, ਮੈਨੂੰ ਰਿਤਿਕ ਦੀ ਪਰਸਨੈਲਿਟੀ ਐਂਡ ਉਹਦੀ ਡਾਂਸਿੰਗ ਵਗੈਰਾ ਬਹੁਤ ਅੱਛੀ ਲੱਗਦੀ ਆ। ਤੁਸੀਂ ਦੇਖ ਰਹੇ ਹੋਗੇ ਰਿਤਿਕ ਅੱਜ ਕੱਲ੍ਹ ਫੇਮਸ ਪਰਸਨੈਲਿਟੀ ਬਣਿਆ। ਤੁਸੀਂ ਲਾਸਟ ਇਹਦੀ ਮੈਂ ਨਿਊਜ਼ ਸੁਣੀ ਸੀਗੀ ਕਿ ਜਿਹੜਾ ਰਿਤਿਕ ਰੋਸ਼ਨ ਆ ਇਹ ਵਰਲਡ ਦਾ ਪਹਿਲੇ ਨੰਬਰ 'ਤੇ ਸੁਪਰ ਸਟਾਰ ਬਣ ਗਿਆ ਮਾਡਲਿੰਗ ਹੈਂਡਸਮ ਦੇ ਵਿੱਚ, ਤਾਂ ਤੁਸੀਂ ਦੇਖ ਸਕਦੇ ਹੋ। ਐਂਡ ਉਸ ਤੋਂ ਇਲਾਵਾ ਗੱਲ ਕੀਤੀ ਜਾਵੇ, ਮੈਨੂੰ ਵੀ ਕਾਫੀ ਸ਼ੌਂਕ ਆ, ਅੱਜ ਕੱਲ੍ਹ ਮੇਰੇ ਫਰੈਂਡਸ ਵਗੈਰਾ ਮੈਨੂੰ ਬਹੁਤ ਸਪੋਰਟ ਕਰਦੇ ਆ, ਮੇਰੇ ਘਰ ਵਾਲੇ ਬਹੁਤ ਸਪੋਰਟ ਕਰਦੇ ਆ ਕਿ ਇਸ ਲਾਈਨ ਦੇ ਵਿੱਚ ਤੂੰ ਅੱਗੇ ਵੱਧ। ਤਾਂ ਇਸ ਸ਼ੋਅ 'ਤੇ ਆਇਆ ਕੈਮਜ਼ ਕ੍ਰੀਏਸ਼ਨ ਦੇ ਸ਼ੋਅ 'ਤੇ, ਜਿਹਨੂੰ ਮਿਸਟਰ ਪੰਜਾਬ ਆ। ਦੈਨ ਜੇ ਮੇਰੇ ਫੈਮਿਲੀ ਦੀ ਗੱਲ ਕਰੀਏ, ਮੇਰੇ ਫੈਮਿਲੀ ਦੇ ਵਿੱਚ 4 ਜਣੇ ਆ, ਮੇਰੀ ਮੋਮ, ਡੈਡ ਐਂਡ ਮੇਰੇ ਸਿਸਟਰ। ਮੇਰੇ ਜਿਹੜੇ ਡੈਡ ਵਾ ਉਹ ਹੈਵਲਸ ਕੰਪਨੀ ਦੇ ਵਿੱਚ ਮੈਨੇਜਰ ਆ, ਮੇਰੀ ਮੋਮ ਜਿਹੜੀ ਆ ਘਰ ਦਾ ਕੰਮ ਵਗੈਰਾ ਕਰਦੇ ਆ, ਹਾਊਸ ਵਾਈਫ ਆ। ਦੈਨ ਮੇਰੀ ਸਿਸਟਰ ਜਿਹੜੇ ਆ ਉਹ ਸਟੱਡੀ ਕਰਦੇ ਪਏ ਆ, ਐਮ ਫਿਲ ਮਾਸਟਰ ਡਿਗਰੀ ਆ ਮੈਥਮੈਟਿਕ ਦੀ। ਹੁਣ ਤੁਹਾਨੂੰ ਪਤਾ ਹੀ ਆ ਪੜ੍ਹਨ ਦਾ ਮੈਨੂੰ ਸ਼ੌਂਕ ਨਹੀਂ ਸੀਗਾ, ਵੈਸੇ ਨਲਾਇਕ ਸ਼ੁਰੂ ਤੋਂ ਹੀ ਆਪਾਂ ਹੈਗੇ ਹਾਂ। ਮੈਨੂੰ ਸ਼ੌਂਕ ਸੀਗਾ ਗੇਮਿੰਗ ਦਾ, ਗੇਮਿੰਗ ਦੀ ਸ਼ੌਂਕ ਦੀ ਗੱਲ ਕਰੀਏ ਮੈਨੂੰ ਸਨੂਕਰ ਜਿਹੜਾ ਆ, ਸਨੂਕਰ ਮੈਨੂੰ ਜਿੱਦਾਂ ਆਪਾਂ ਅੱਜ ਕੱਲ੍ਹ ਤੁਸੀਂ ਦੇਖ ਰਹੇ ਹੋ ਫੋਨਾਂ ਦੇ ਵਿੱਚ 8-ball pool ਬਹੁਤ ਖੇਲਿਆ ਜਾਂਦਾ ਹੈ, ਮੈਂ ਰੀਅਲ ਦੇ ਵਿੱਚ ਸਨੂਕਰ ਦੇ ਵਿੱਚ ਨੈਸ਼ਨਲ ਦਾ ਖੇਲ ਚੁੱਕਾ ਆ। ਤੁਸੀਂ ਮੈਨੂੰ ਦੇਖ ਸਕਦੇ ਹੋ, ਮੈਂ ਜਲੰਧਰ ਦੇ ਵਿੱਚ ਮਤਲਬ ਮੇਰੇ ਖਿਆਲ 11-12 ਟੇਬਲਸ ਹੈਗੇ ਜਿੱਥੇ ਮੈਂ ਜਾ ਕੇ ਡੇਲੀ ਪ੍ਰੈਕਟਿਸ ਕਰਦਾ, ਰਾਤੀ ਜਿੰਮ ਲਾਉਣ ਤੋਂ ਬਾਅਦ ਸਗੋਂ ਮੈਂ ਡੇਲੀ ਪ੍ਰੈਕਟਿਸ ਕਰਦਾ ਸਨੂਕਰ ਦੀ। ਅਗਰ ਤੁਸੀਂ ਮੇਰੇ ਨਾਲ ਖੇਲਣਾ ਚਾਹੁੰਦੇ ਤਾਂ ਜ਼ਰੂਰ ਖੇਲ ਸਕਦੇ, ਜਦੋਂ ਮੇਰੇ ਤੋਂ ਟਾਈਮ ਹੋਵੇ ਤੁਸੀਂ ਆ ਸਕਦੇ ਹੋ। ਨੇਚਰ ਦੀ ਗੱਲ ਕਰੀਏ ਤਾਂ ਜਦੋਂ ਮੈਂ ਵੱਡਾ 8th class ਦੇ ਵਿੱਚ ਹੋਇਆ ਸੀਗਾ ਤਾਂ ਪੜ੍ਹਨ 'ਚ ਤਾਂ ਦਿਲ ਲੱਗਦਾ ਹੀ ਨਹੀਂ ਸੀਗਾ ਆਪਣਾ, ਤਾਂ ਹਰ ਵੇਲੇ ਖਪ ਆਈਆਂ ਨੇ। ਦੂਜੇ ਪੀਰੀਅਡ ਮੈਡਮ ਤੋਂ ਕੁੱਟ ਪੈਣੀ ਸਾਨੂੰ, ਆਪਾਂ ਪੜ੍ਹ ਕੇ ਲਾਣਾ ਨਹੀਂ, ਤੁਹਾਨੂੰ ਪਤਾ ਹੀ ਹੈ ਖਪ ਆਈਆਂ ਨੇ, ਕਮੈਂਟ ਮਾਰੀਆਂ ਨੇ ਉੱਧਰ, ਉਹਦੀ ਕਦੀ ਗੈਡ ਲੱਗ ਕੇ ਦੌੜ ਗਏ, ਕਦੀ ਉਹਦੀ ਗੈਡ ਲੱਗ ਕੇ ਦੌੜ ਗਏ। ਤਾਂ ਕਾਲਜ ਦੇ ਵਿੱਚ ਜਦੋਂ ਐਂਟਰ ਹੋਏ ਉੱਥੇ ਖਪ ਆਉਣ ਲੱਗ ਪਏ, ਬੰਕ ਮਾਰਨੇ ਸ਼ੁਰੂ ਕਰਤੇ, ਚਲੋ ਯਾਰ ਦੋਸਤਾਂ ਨੂੰ ਇਕੱਠੇ ਕਰਕੇ ਮੂਵੀ ਦੇਖਣ ਚਲ ਗਏ, ਮਤਲਬ ਇੰਨੀ ਕੁ ਜ਼ਿਆਦਾ ਮਤਲਬ ਇੰਜੋਏ ਕੀਤਾ, ਖਾਪਾਂ ਦੇ ਰਹੇ। ਤਾਂ ਦੈਨ ਉਸ ਤੋਂ ਬਾਅਦ ਜਦੋਂ ਮੇਰੀ ਲਾਈਫ ਦੇ ਵਿੱਚ ਕਾਲਜ ਦੇ ਵਿੱਚ ਇੱਕ ਮੇਰੀ ਫਰੈਂਡ ਬਣੀ, ਹੌਲੀ ਹੌਲੀ ਉਹਨਾਂ ਨਾਲ ਮਤਲਬ ਮਿਲਣਾ ਸ਼ੁਰੂ ਹੋਏ, ਆਪਾਂ ਇਕੱਠੇ ਪੜ੍ਹਦੇ ਹੁੰਦੇ ਸੀਗੇ। ਦੈਨ ਉਸ ਤੋਂ ਬਾਅਦ ਮੂਵੀਜ਼ ਵਗੈਰਾ ਦੇਖੀਆਂ, ਹੌਲੀ ਹੌਲੀ ਪਿਆਰ ਹੋ ਗਿਆ। ਪਿਆਰ ਤੋਂ ਬਾਅਦ ਮਤਲਬ ਮੈਂ ਉਹਨਾਂ ਦੇ ਪਿੱਛੇ ਇੰਨਾ ਕੁ ਜ਼ਿਆਦਾ ਕਰੇਜ਼ੀ ਸੀਗਾ ਕਿ ਅਗਰ ਉਹਦੀ ਆਵਾਜ਼ ਸੁਣ ਲਈ ਨਾ, ਮੈਂ ਅਗਰ ਉਹਦੇ ਮੈਨੂੰ 1 ਮਹੀਨੇ ਬਾਅਦ ਕੋਲ ਆਉਂਦੇ ਸੀ ਤਾਂ ਦੈਨ ਮੈਂ ਉਹਨਾਂ ਦੀ ਆਵਾਜ਼ ਸੁਣ ਲਈ ਮੈਂ ਬੱਸ ਤੋਂ ਜੰਪ ਮਾਰ ਦਿੰਦਾ ਸੀਗਾ ਕਿ ਮੈਨੂੰ ਉਹਨਾਂ ਦੀ ਪ੍ਰੋਪਰ ਆਵਾਜ਼ ਸੁਣ ਜਾਵੇ ਕਿ ਉਹ ਮੈਨੂੰ ਕੀ ਕਹਿਣਾ ਚਾਹੁੰਦੇ ਆ। ਦੈਨ ਉਸ ਤੋਂ ਬਾਅਦ ਜਦੋਂ ਮੈਂ ਉਹਨਾਂ ਦੀ ਮਤਲਬ ਹਰ ਵੇਲੇ ਰਾਤੀ ਜਦੋਂ ਸੁਣਦਾ ਸੀਗਾ, ਮੈਨੂੰ ਨੀਂਦ ਆਉਂਦੀ ਨਹੀਂ ਸੀਗੀ ਉਹਨਾਂ ਦੀ ਆਵਾਜ਼, ਮੈਂ ਉਹਨਾਂ ਦੇ ਨਾ ਗਮ ਦੇ ਵਿੱਚ ਮਤਲਬ ਸੈਡ ਸੌਂਗ ਗਾਣੇ ਲਗਾਉਣੇ ਤਾਂ ਨੀਂਦ ਆਉਂਦੀ ਰਹਿੰਦੀ ਸੀ, ਮਤਲਬ ਰੋਂਦਾ ਰਹਿੰਦਾ ਸੀਗਾ। ਦੈਨ ਉਸ ਤੋਂ ਬਾਅਦ ਜਦੋਂ ਵੀ ਮਤਲਬ ਲਾਈਕ ਮੈਨੂੰ ਕਰਦੇ ਸੀ, ਸਾਡਾ ਰਿਲੇਸ਼ਨ 4-5 ਸਾਲ ਰਿਹਾ। ਐਂਡ ਜੇ ਗੱਲ ਕੀਤੀ ਜਾਵੇ ਤਾਂ ਤੁਸੀਂ ਇੱਥੋਂ ਹਿਸਾਬ ਲਾ ਲਓ ਕਿ ਉਹਨਾਂ ਨੇ ਮੇਰੇ ਲਈ 4 ਸਾਲ ਵਰਤ ਰੱਖਿਆ, 4 ਸਾਲ 16 ਸੋਮਵਾਰ ਤੱਕ ਵਰਤ ਰੱਖਦੇ ਹੁੰਦੇ ਸੀ ਮੇਰੇ ਲਈ। ਤਾਂ ਅਸੀਂ ਸਵੇਰੇ ਸਵੇਰੇ ਮੰਦਰ ਦੇ ਵਿੱਚ ਮਿਲਦੇ ਹੁੰਦੇ ਸੀਗੇ। ਤਾਂ ਜਦੋਂ ਸਾਡਾ ਬ੍ਰੇਕਅਪ ਵਗੈਰਾ ਹੋਇਆ ਤਾਂ
ਉਹਨਾਂ ਨੇ ਬਸ ਇਹੀ ਕਿਹਾ ਕਿ ਮੈਂ ਤੁਹਾਡੇ ਤੋਂ ਫੈਡ ਅਪ ਹੋ ਗਈ ਹਾਂ, ਤੁਸੀਂ ਕਿੱਦਾਂ ਦੇ ਲੱਗਦੇ ਹੋ, ਪਰਸਨੈਲਿਟੀ ਤੁਹਾਡੀ ਹੈ ਨਹੀਂ ਗੀ। ਤਾਂ ਲੋਕ ਤੁਸੀਂ ਇੱਥੋਂ ਹਿਸਾਬ ਲਓ, ਜਦੋਂ ਮੇਰਾ ਬ੍ਰੇਕਅਪ ਹੋਇਆ ਨਾ, ਮੇਰੇ ਫਰੈਂਡਸ ਵਗੈਰਾ ਨੂੰ ਆਪਣਾ ਦੱਸਿਆ, ਉਹ ਕਹਿੰਦੇ ਜਾ ਯਾਰ ਤੂੰ ਬੇਇੱਜ਼ਤੀ ਕਰਾਤੀ, ਕਹਿੰਦੇ ਚੱਲ ਆਇਆ ਸਾਡੇ ਨਾਲ ਸ਼ਰਾਬ ਪੀਂਦੇ ਆਪਾਂ, ਅਸੀਂ ਕਿਹਾ ਵੀ ਤਾਂ ਨਹੀਂ ਯਾਰ, ਮੈਂ ਕਿਹਾ ਮੈਂ ਨਹੀਂ ਪੀਣੀ ਪੀਣੀ, ਮੈਂ ਨਹੀਂ ਪੀਣੀ ਹੈਗੀ। ਦੈਨ ਉਸ ਤੋਂ ਬਾਅਦ ਮੈਂ ਠਾਲ ਲਿਆ ਕਿ ਜ਼ਿੰਦਗੀ ਦੇ ਵਿੱਚ ਕੁਛ ਬਣਨਾ ਨਾ ਤਾਂ ਆਪਣਾ ਨੂੰ ਤੋੜਨਾ ਜ਼ਰੂਰ ਪੈਂਦਾ ਹੈ। ਰੋਕਸਟਾਰ ਮੂਵੀ ਦੇਖੀ, ਰੋਕਸਟਾਰ ਦੇ ਵਿੱਚ ਕਹਿੰਦਾ ਹੁੰਦਾ ਡਾਇਲੋਗ ਸੀਗਾ ਉਹਦੇ ਵਿੱਚ ਕਿ ਦਰਦ ਦੇ ਵਿੱਚ ਵੀ ਤੁਸੀਂ ਕੁਛ ਕਰ ਸਕਦੇ ਆ। ਦੋ ਤਿੰਨ ਦਿਨ ਮੈਂ ਸੋਚਦਾ ਰਿਹਾ, ਮੇਰਾ ਫਰੈਂਡ ਸੀਗਾ ਕਹਿੰਦਾ ਯਾਰ ਗੌਰਵ ਆਪਾਂ ਜਿੰਮ ਸ਼ੁਰੂ ਕਰੀਏ ਵੀ, ਤਾਂ ਉਸ ਤੋਂ ਬਾਅਦ ਮੈਂ ਕਿਹਾ ਚੱਲ ਯਾਰ, ਉਹ ਤਾਂ ਪੈਸੇ ਨਹੀਂ ਹੁੰਦੇ ਸੀ ਮੁੰਡੇ ਤੋਂ, ਤਾਂ ਮੈਂ ਕਿਹਾ ਚੱਲ ਇੱਦਾਂ ਕਰਦਾ ਮੈਂ ਤੇਰੇ ਪੈਸੇ ਦਿੰਦਾ, ਤੂੰ ਮੇਰੇ ਜਿੰਮ ਸ਼ੁਰੂ ਕਰ। ਜਿੰਮ ਗਏ ਆਪਾਂ, ਸਰੀਰ ਉਹ ਵੀ ਗਿਆ ਹੁੰਦਾ ਸੀ ਸਾਡੇ ਤੋਂ, ਚੱਕਿਆ ਨਹੀਂ ਜਾਣਾ ਵੇਟ, ਤਾਂ ਜਿੰਮ ਲਗਾਉਣਾ ਸ਼ੁਰੂ ਕੀਤਾ, ਹੌਲੀ ਹੌਲੀ ਪੁਸ਼ਅਪ ਲਗਾਏ। ਉੱਥੇ ਜਿਹੜਾ ਕੋਚ ਸੀਗਾ ਸਾਨੂੰ ਐਪਰੀਸ਼ੀਏਟ ਕਰਦਾ ਹੁੰਦਾ, ਕਹਿੰਦਾ ਲਾਓ ਲਾਓ, ਬਹੁਤ ਵਧੀਆ ਜਿੰਮ ਸੀਗਾ ਸਾਡਾ। ਤਾਂ ਉਹਨੇ ਮੇਰੇ ਨਾਲ ਜਿੰਮ ਲਾਉਣਾ, ਅਸੀਂ ਮੇਰਾ ਉਹ ਮੇਰਾ ਫਰੈਂਡ ਸੀਗਾ ਸ਼ੈਂਪੀਅਨ ਜਿਹੜਾ ਬਾਹਰ ਚਲੇ ਗਿਆ ਉਹਨੂੰ, ਤਾਂ ਹੌਲੀ 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 ਸਾਡਾ ਸਰੀਰ ਵਧੀਆ ਹੁੰਦਾ ਗਿਆ, ਡਾਇਟ ਪ੍ਰੋਪਰ ਖਾਂਦੇ ਰਹੇ ਆਪਾਂ, ਡਿਵੈਲਪ ਕਰਦੇ ਰਹੇ, ਹੌਲੀ ਹੌਲੀ ਉਸ ਚੀਜ਼ ਨੂੰ ਮੈਂ ਵਧੀਆ ਬਣਾ ਸਕਿਆ। ਦੈਨ ਉਸ ਤੋਂ ਬਾਅਦ ਸਾਲ ਬਾਅਦ ਹੀ ਦੋ ਤਿੰਨ ਸ਼ੋਅ ਮੈਂ ਵਿਨਿੰਗ ਕਰ ਚੁੱਕਾ ਸੀਗਾ। ਫਿਰ ਉਸ ਤੋਂ ਬਾਅਦ ਮੈਂ ਰੋਡੀਜ਼ ਦੇ ਵਿੱਚ ਗਿਆ ਸੀਗਾ। ਰੋਡੀਜ਼ ਉੱਦਾਂ ਵੈਸੇ ਮੈਨੂੰ 6-7 ਸਾਲ ਹੋ ਗਏ ਮੈਨੂੰ ਰੋਡੀਜ਼ ਦੇ ਵਿੱਚ ਜਾਂਦੇ ਨੂੰ, ਹੁਣ ਮੈਂ ਉਹਨਾਂ ਦੇ ਰੋਡੀਜ਼ ਦੇ ਵਿੱਚ ਗੈਲਨ ਦੇ ਨਾਲ ਕ੍ਰੀ ਮੈਂਬਰ ਦੇ ਨਾਲ ਸੀਗਾ ਲਾਸਟ, ਆਹ ਜਿਹੜਾ ਹੁਣ ਰੋਡੀਜ਼ ਹੋਇਆ ਸੀਗਾ, ਰਾਈਜ਼ਿੰਗ ਜਿਹੜਾ ਸੀਗਾ ਰੋਡੀਜ਼ ਰਾਈਜ਼ਿੰਗ ਸੀਗਾ। ਦੈਨ ਉਸ ਤੋਂ ਬਾਅਦ ਪਿਛਲੇ ਸਾਲ ਮਿਸ ਗਲੋਰੀਆ ਦੇ ਵਿੱਚ ਫਸਟ ਰਨ ਅਪ ਆਇਆ ਸੀਗਾ, ਇੱਕ ਮੂਵੀ ਕੀਤੀ ਹੈ ਮੈਂ ਸੋਲਡ, ਸਾਡੀ ਹਲੇ ਕਲਾਈਮੈਕਸ ਵਗੈਰਾ ਰਹਿ ਗਿਆ, ਹਲੇ ਲਾਂਚ ਹੋਈ ਹੈ ਮੂਵੀ। ਫਿਜ਼ਿਕ ਦੇ ਵਿੱਚ ਮੈਨੂੰ ਪੁਸ਼ਅਪਸ ਲਗਾਉਣ ਦਾ ਬਹੁਤ ਸ਼ੌਕ ਆ, ਜਿੱਦਾਂ ਲਾਈਕ ਡਿਫਰੈਂਟ ਡਿਫਰੈਂਟ ਪੁਸ਼ਅਪਸ, ਸਿੰਗਲ ਲੈਂਡ ਪੁਸ਼ਅਪ ਹੋਵੇ, ਡਬਲ ਕਲੈਬ ਪੁਸ਼ਅਪਸ ਹੋਵੇ, ਸਿੰਗਲ ਲੈਂਡ ਪੁਸ਼ਅਪਸ ਹੋਵੇ, ਡਬਲ ਹੈਂਡ ਪੁਸ਼ਅਪਸ ਹੋਵੇ, ਉਸ ਤੋਂ ਬਾਅਦ ਸੁਪਰਮੈਨ ਪੁਸ਼ਅਪਸ ਹੋਵੇ, ਠੀਕ ਹੈ ਜੀ। ਉਸ ਤੋਂ ਇਲਾਵਾ ਪੂਰੀ ਬਾਡੀ ਨੂੰ ਲੇਟ ਕੇ ਆਪਣੀ ਬਾਡੀ ਨੂੰ ਪੂਰਾ ਚੱਕਣਾ, ਉਹ ਪੁਸ਼ਅਪਸ ਹੋਵੇ। ਉਸ ਤੋਂ ਇਲਾਵਾ ਮੈਂ 400 ਮੀਟਰ ਦੀ ਰਨਿੰਗ ਡੇਲੀ ਕਰਦਾ ਹਾਂ। ਉਸ ਤੋਂ ਇਲਾਵਾ ਚਿਨਪਸ ਵਗੈਰਾ ਲਗਾ ਲਈਦੇ ਆ ਆਪਾਂ, ਪੁੱਲ ਓਵਰ ਲਾ ਲਈਦੇ ਆ, ਬੈਂਚ ਲਾ ਲਈਦੀ ਹੈ ਪੂਰਾ ਓਪਨ। ਉਸ ਤੋਂ ਬਾਅਦ ਜਿਹੜੇ ਮੇਰੇ ਕੰਪੀਟੀਟਰਸ ਆ ਉਹਨਾਂ ਦੀ ਵੀਡੀਓ ਨੂੰ ਡਿਸਲਾਈਕ ਜ਼ਰੂਰ ਕਰੋ। ਥੈਂਕ ਯੂ ਸੋ ਮਚ।